ਸਤਿ ਸ਼੍ਰੀ ਅਕਾਲ ਦੋਸਤੋ, ਕਰੰਟ ਰਿਪੋਰਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਕੋਲ ਮੌਜੂਦ ਹੈ ਗੁਰਜੰਟ ਸਿੰਘ ਪੰਜੇਟਾ ਸਾਹਿਬ, ਜੋ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸੀਨੀਅਰ ਆਗੂ, ਟਕਸਾਲੀ ਆਗੂ, ਫਾਊਂਡਰ ਮੈਂਬਰ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। ਅਤੇ ਸਤਿ ਸ਼੍ਰੀ ਅਕਾਲ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਕਰੰਟ ਨਿਊਜ਼ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਹਨਾਂ ਨੇ ਇੱਕ ਅਹਿਮ ਤਿਉਹਾਰ 'ਤੇ, ਜੋ ਹੋਲੇ ਮਹੱਲੇ ਦਾ ਤਿਉਹਾਰ ਚੱਲ ਰਿਹਾ, ਇਸ ਸਮੇਂ ਸਿੱਖਾਂ ਲਈ ਬਹੁਤ ਅਹਿਮ ਤਿਉਹਾਰ ਆ, ਉਹਦੇ ਲਈ ਹਰ ਜਗ੍ਹਾ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਨੇ, ਲੋਕਾਂ ਨੂੰ ਇਸ ਦਿਹਾੜੇ ਦੇ ਬਾਰੇ ਵਿੱਚ ਨੌਲੇਜ ਦਿੰਦੇ ਨੇ। ਬਾਕੀ ਦੇਸ਼ ਵਿਦੇਸ਼ ਵਿੱਚ ਵਸਦੀ ਹੈ ਸਿੱਖ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਬਹੁਤ ਬਹੁਤ ਮੁਬਾਰਕਾਂ ਨੂੰ ਮੇਰੇ ਵੱਲੋਂ, ਹੋਲੇ ਮਹੱਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਮੇਰੇ ਵੱਲੋਂ ਜੀ। ਪੰਜੇਟਾ ਸਾਹਿਬ, ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਾਜਨਾ ਕਰਕੇ ਸਾਰੇ ਇਤਿਹਾਸਿਕ ਦਿਹਾੜੇ ਉਹਨਾਂ ਨੇ ਸਮਰਪਿਤ ਕੀਤੇ, ਅਤੇ ਊਚ ਨੀਚ ਭੇਦਭਾਵ ਅਤੇ ਇਨਸਾਨੀਅਤ ਦੀ ਸੇਵਾ ਕਰਨ ਦਾ ਉਹਨਾਂ ਨੇ ਸੰਦੇਸ਼ ਦਿੱਤਾ। ਕੀ ਕਹਿਣਾ ਚਾਹੁੰਦੇ ਸਰ? ਗੁਰੂ ਸਾਹਿਬ ਦੀਆਂ ਚੰਗੀਆਂ ਲੀਹਾਂ 'ਤੇ ਅਸੀਂ ਨਹੀਂ ਚੱਲ ਰਹੇ ਜੀ, ਜੇ ਅਸੀਂ ਉਹਨਾਂ ਲੀਹਾਂ 'ਤੇ ਚੱਲੀਏ ਤਾਂ ਸਾਨੂੰ ਆਲ ਵਰਲਡ ਦੇ ਵਿੱਚ ਸਿੱਖਾਂ ਨੂੰ ਇੱਕ ਅਜਿਹੀ ਕੌਮ ਆ ਜਿਹਦੀ ਹਰ ਜਗ੍ਹਾ 'ਤੇ ਇੱਜ਼ਤ ਆ ਸਿੱਖ ਕੌਮ ਦੀ। ਸਿਰਫ ਇਹ ਗੁਰੂ ਸਾਹਿਬ ਨੇ ਸਾਨੂੰ ਪਛਾਣ ਦਿੱਤੀ ਹੋਈ ਆ, ਸਾਡੀਆਂ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਸੰਸਥਾਵਾਂ ਬੈਠੀਆਂ ਨੇ, ਮੈਂ ਕੋਈ ਆਮ ਆਦਮੀ ਪਾਰਟੀ ਦੇ ਵੱਲੋਂ ਕਹਿ ਰਿਹਾ, ਕੋਈ ਲਾ ਕੇ ਨਹੀਂ ਕਹਿ ਰਿਹਾ, ਉਹਨਾਂ ਨੇ ਕਿਸੇ ਪਿੰਡ ਦੇ ਵਿੱਚ ਜਾ ਕੇ ਅੱਜ ਤੱਕ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦਿੱਤੀ। ਜੋ ਉਹਨਾਂ ਦਾ ਅਧਿਕਾਰ ਬਣਦਾ ਸੀ ਸ਼੍ਰੋਮਣੀ ਕਮੇਟੀ ਦਾ, ਪੰਜਾਬ ਸਰਕਾਰ ਤੋਂ ਵੱਡਾ ਬਜਟ ਮੇਰੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦਾ ਬਚੇ, ਉਹਨਾਂ ਬਜਟ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਦਾ ਨਹੀਂ ਹੋਣਾ ਜਿੰਨਾ ਸ਼੍ਰੋਮਣੀ ਕਮੇਟੀ ਦਾ ਵਾ। ਸਾਡੇ ਸਿੱਖਾਂ ਦੇ ਬੱਚੇ ਰੁੜਦੇ ਫਿਰਦੇ ਨੇ, ਕੋਈ ਇਹਨਾਂ ਨੇ ਡਿਗਰੀ ਕਾਲਜ ਨਹੀਂ ਖੋਲ੍ਹੇ ਹੈਗੇ, ਜੋ ਪਹਿਲਾਂ ਹੋ ਗਿਆ ਮਾਸਟਰ ਤਾਰਾ ਸਿੰਘ ਉਹਨਾਂ ਦੇ ਟਾਈਮ ਦੇ ਵਿੱਚ ਜਾਂ ਗੁਰਚਰਨ ਸਿੰਘ ਟੌਹੜਾ ਜੀ ਦੇ ਟਾਈਮ 'ਚ, ਉਸ ਤੋਂ ਬਾਅਦ ਕੋਈ ਵੀ ਇਹਨਾਂ ਨੇ ਸਿੱਖ ਕੌਮ ਨੂੰ ਨੌਲੇਜ ਨਹੀਂ ਦਿੱਤੀ, ਕੋਈ ਸਿੱਖ ਕੌਮ ਦਾ ਭਲਾ ਨਹੀਂ ਕੀਤਾ। ਇੱਕ ਪੰਜਾਬ ਵੀ, ਪੰਜਾਬ ਤੋਂ ਬਾਹਰ ਵੀ ਸਾਡੇ ਸਿੱਖ ਭਾਈ ਵੱਸਦੇ ਨੇ, ਐਮ ਪੀ ਚਲੇ ਜਾਓ, ਪੰਜਾਬ ਮੈਂ ਬਹੁਤ ਇਹਨਾਂ ਸਿੱਖਾਂ 'ਚ ਰਿਹਾ ਵਾਂ, ਸ਼੍ਰੀਨਗਰ ਭਾਈਚਾਰਾ ਕਹਿ ਦਿੰਦੇ ਨੇ ਉਹਨਾਂ ਨੂੰ, ਇਹ 'ਚ ਕੋਈ ਬੁਰਾ ਮੰਨਣ ਵਾਲੀ ਗੱਲ ਨਹੀਂ ਹੈਗੀ। ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਕੋਈ ਮਦਦ ਨਹੀਂ ਦਿੱਤੀ, ਉਹ ਰੋ ਰੋ ਕਰ ਲਾ ਲਏ ਨਾ ਮੂਹਰੇ। ਪ੍ਰਕਾਸ਼ ਸਿੰਘ ਬਾਦਲ ਦੇ ਮੂਹਰੇ ਉਹਨਾਂ ਨੇ ਇੰਨੇ ਕਬਦੇ ਵਫਦ ਭੇਜੇ ਮੈਂਬਰ ਬਣਾ ਬਣਾ ਕੇ, ਸਾਡੇ ਨਾਲ ਸਰਕਾਰਾਂ ਧੱਕਾ ਕਰ ਰਹੀਆਂ ਨੇ ਸਿੱਖਾਂ ਨਾਲ, ਸਾਨੂੰ ਧੱਕੇ ਨਾਲ ਦੀਨ ਧਰਮ 'ਚ ਤਬਦੀਲੀ ਨਹੀਂ ਕਰਾਉਣ ਵਾਲਾ ਕੰਮ, ਮੈਂ ਕਹਿੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਇੱਥੇ ਖਿਡਾਰੇ ਤੋਂ ਗੱਲ ਕਿਤੇ ਜਾ ਕਰੂੰਗੀ, ਪਰ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਸਾਡੀ ਨੇ ਬਾਂਹ ਨਹੀਂ ਬੜੀ ਉਹਨਾਂ ਰੋਕਣ। ਰਹੀ ਲੋਕ ਸਭਾ ਚੋਣਾਂ ਦੀ ਗੱਲ, ਵਿਘਨ ਵੱਧ ਚੁੱਕਿਆ ਚੋਣਾਂ ਦਾ, ਪੰਜ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਪਹਿਲੇ ਕੈਂਡੀਡੇਟ ਕੀਤੇ ਹੋਏ ਨੇ, ਜਿਹੜੇ ਆਪਣੇ ਆਪਣੇ ਹਲਕਿਆਂ 'ਚ ਜਾ ਕੇ ਪ੍ਰਚਾਰ ਕਰ ਰਹੇ ਨੇ। ਅਜੇ ਸਾਡਾ ਹਲਕਾ ਫਤਿਹਗੜ੍ਹ ਸਾਹਿਬ ਰਹਿੰਦਾ ਵਾ, ਇੱਥੋਂ ਕੈਂਡੀਡੇਟ ਡਿਕਲੇਅਰ ਹੋਣਾ ਵਾ, ਅਸੀਂ ਆਪਣੇ ਤੌਰ 'ਤੇ ਪੂਰੀ ਮਿਹਨਤ ਕਰ ਰਹੇ ਹਾਂ ਹਲਕੇ ਦੇ ਵਿੱਚ, ਜੋ ਵੀ ਸਾਡੇ ਕੋਲ ਵੀ ਆਉਂਦਾ ਭੈਣ ਭਾਈ ਕਿਸੇ ਕੰਮ ਕਰ ਲਈ, ਅਸੀਂ ਆਪਣੇ ਤੌਰ 'ਤੇ ਹਰ ਭੈਣ ਭਾਈ ਨਾਲ ਤੁਰਦੇ ਹਾਂ, ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਹੀ ਦੱਸਦੇ ਹਾਂ ਵੀ ਜੇ ਅੱਜ ਨੂੰ ਸੋਚ ਹੈਗੀ ਇਹਨਾਂ ਦੀ ਝਾੜੂ ਪਾਰਟੀ ਦੀ ਆ, ਆਮ ਆਦਮੀ ਪਾਰਟੀ ਦੀ ਚੁਣ ਛਣ ਝਾੜੂ ਦੀ, ਜੇ ਅੱਜ ਵੀ ਪੰਜਾਬੀਆਂ ਨੇ ਸਮਾਂ ਕਮਾ ਲਿਆ ਤਾਂ ਜ਼ਿੰਦਗੀ ਭਰ ਲਈ ਪੰਜਾਬੀ ਪਛਤਾਉਣਗੇ ਚੀਜ਼ ਨੂੰ। ਮੇਰੀ ਇਹੀ ਪੰਜਾਬੀਆਂ ਮੂਹਰੇ ਬੇਨਤੀ ਆ ਵੀ ਜੇ ਤੁਹਾਨੂੰ ਇੱਕ ਚੰਗੀ ਸੋਚ ਮਿਲੀ ਹੈ ਤਾਂ ਭਗਵੰਤ ਮਾਨ ਦੀ ਪੰਜਾਬ 'ਚ ਦਿੱਲੀ 'ਚ ਕੇਜਰੀਵਾਲ ਜੀ ਸਾਜਨਾ ਹੋਇਆ ਹੋਵੇ। ਸਰ, ਪੂਰੇ ਦੇਸ਼ ਦੇ ਵਿੱਚ ਕੀ ਉਮੀਦ ਕਰਦੇ ਹੋ ਭਾਜਪਾ ਦਾ, ਮੋਦੀ ਸਾਹਿਬ ਦਾ ਕੀ ਰਵੱਈਆ ਰਹੂਗਾ, ਕਿਸ ਤਰ੍ਹਾਂ ਦੀ ਆਪਣੀ ਪੋਜੀਸ਼ਨ ਬਣੇਗੀ? ਦੇਖੋ ਜੀ, ਮੋਦੀ ਦਾ ਸਭ ਨੂੰ ਪਤਾ ਲੱਗ ਰਿਹਾ ਹੱਥਾਂ, ਕਹਿੰਦਾ ਚੋਰ ਚੌਕੀਦਾਰ, ਪਹਿਲਾਂ 20-20 ਲੱਖ ਦਾ ਨਾਰਾ ਲਾ ਕੇ ਲੋਕਾਂ ਤੋਂ ਵੋਟਾਂ ਲੈਣੀਆਂ, ਲੋਕਾਂ ਦੀ ਸੋਚ ਬਦਲੀ ਵੀ ਸ਼ਾਇਦ ਜੇ 20 ਲੱਖ ਕੋਲ ਆ ਗਿਆ ਸਾਡੀ ਜ਼ਿੰਦਗੀ ਸਮਝ ਜੋ, ਗਰੀਬ ਆਦਮੀ ਦੇ ਕਿੰਨਾ ਕਰਜ਼ਾ ਹੁੰਦਾ 10-12-13 ਕਰੋੜ ਲੱਖ ਰੁਪਈਆ, ਇੰਨਾ ਕਾਮ ਹੈਗਾ, ਚਾਹੇ ਕੋਈ ਕਿਲੇ ਵਾਲਾ, ਚਾਹੇ 2 ਕਿਲੇ ਵਾਲਾ, ਚਾਹੇ ਕੋਈ ਮਜ਼ਦੂਰ ਵੀ ਗਰੀਬ ਵੀ ਆ, 5-4 ਲੱਖ ਉਹਦੇ ਵੀ ਆ, ਵੀ ਜਿਹੜਾ 10 ਲੱਖ ਲਾ ਕੇ 10 ਸਾਡੇ ਕੋਲ ਬਚ ਜਾਣਾ, ਇਹਦੇ ਨਾਲ ਕੋਈ ਵਿਕਾਸ ਕਰਾਂਗੇ? ਪਰ ਮੋਦੀ ਨੇ ਸਵੈ ਲਾ ਰਹੇ, ਉਦੋਂ ਪਬਲਿਕ ਦੇ ਪੱਲੇ ਕੁਛ ਨਹੀਂ ਪਾਇਆ ਅੱਜ ਤੱਕ।